हेलो फ्रेंड्स, आप जी का मेरे यूट्यूब चैनल में बहुत बहुत स्वागत है। सो अज की वीडियो के बीच असं डिस्कस करांगे कि जेकर तुसी मास्टर कैडर या ETT का फॉर्म फिल किया होया है अते तुसी उहदा रजिस्ट्रेशन नंबर अते पासवर्ड भुल गए हो, उहदी रिकवरी किवें करनी है। अगर तुहाडे को देखो ETT का जिहड़ी रिकवरी प्रोसैस है वह तो काफ़ी ईजीली है, लेकिन अगर तुसी मास्टर कैडर की रिकवरी करनी है रजिस्ट्रेशन नंबर अते पासवर्ड की, उहदे लई सब तो मेन चीज़ है तुहाडे रजिस्ट्रेशन नंबर। हुण काफ़ी ज़्यादा स्टूडेंट्स नूं एक डाउट हुंदा जिहड़ा उहनां कोल चलान हुंदा, चलान दे उपर वी एक रजिस्ट्रेशन नंबर दित्ता हुंदा है कि उह सेम नंबर फिल करके उह उहदी करैक्शन करदे आ जां उहदी पासवर्ड रिकवरी करदे आ, लेकिन उह जिहड़ा हुंदा रजिस्ट्रेशन नंबर उह अलग हुंदा है अते जिहड़ा तुसीं फॉर्म फिल करदे हो उहदा जिहड़ा जनरेट हुंदा है रजिस्ट्रेशन नंबर उह अलग हुंदा। चलो इह चीज़ प्रैक्टिकली करके देखदे हां। तुसीं करना एजुकेशन रिक्रूटमेंट बोर्ड की वैबसाइट पर जाना है, जाण तों बाद लिंक्स ते तुसीं जाओगे, चौथा लिंक बणिया होया तुसीं उहदे उपर क्लिक कर देना। क्लिक करन तों बाद इत्थे मास्टर कैडर वास्ते लिंक इनेबल है अते ETT वास्ते लिंक इनेबल है। सब तो पहले आपां ETT दा करके देखते हैं। ETT वास्ते तुसीं फॉरगेट रजिस्ट्रेशन नंबर एंड पासवर्ड ते क्लिक करना है। उस तो बाद तुसीं इत्थे कैंडीडेट दा नेम, फादर नेम, डेट ऑफ बर्थ अते रजिस्टर्ड मोबाइल नंबर भरना है। अते जेकर तुहाडे कोल रजिस्टर्ड मोबाइल नंबर है फिर इहदी रिकवरी नहीं होनी, ठीक है। पर एक चीज़ मैं तुहानूं दस दिंदा, इत्थे देखो सिर्फ इन्हां ने मोबाइल नंबर किया, बट जिले तुहाडा ये रिकवरी हुंदी है ईमेल ID प्लस ਤੁਹਾਡਾ ਮੋਬਾਈਲ ਨੰਬਰ ਦੋਨਾਂ 'ਤੇ ਪਾਸਵਰਡ ਜਾਂਦਾ ਹੈ। ਕਾਫੀ ਸਟੂਡੈਂਟਸ ਨੂੰ ਇਹ ਡਾਊਟ ਹੁੰਦਾ ਹੈ, ਕੈਂਡੀਡੇਟਸ ਨੂੰ ਡਾਊਟ ਹੁੰਦਾ ਕਿ ਸਾਡਾ ਮੋਬਾਈਲ ਨੰਬਰ ਤਾਂ ਸਾਡੇ ਕੋਲ ਕਿਸੇ ਦਾ ਭਰਿਆ ਸੀ, ਨੰਬਰ ਬੰਦ ਹੋ ਗਿਆ ਹੈ, ਇੱਦਾਂ ਦੇ ਕਾਫੀ ਜ਼ਿਆਦਾ ਪ੍ਰੋਬਲਮਸ ਹੁੰਦੀਆਂ। ਤਾਂ ਇਹਦੇ ਵਿੱਚ ਕੋਈ ਟੈਨਸ਼ਨ ਦੀ ਗੱਲ ਨਹੀਂ ਹੈ, ਰਿਕਵਰੀ ਹੋ ਜਾਂਦੀ। ਨਹੀਂ ਹੋਏ ETT ਵਾਸਤੇ ਤੁਸੀਂ ਮੈਨੂੰ ਵਟਸਐਪ 'ਤੇ ਜਾਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਤੁਸੀਂ ਇਹਦਾ ਸਲਿਊਸ਼ਨ ਲੈ ਕੇ ਆਪਣਾ ਪਾਸਵਰਡ ਰਿਕਵਰ ਕਰਵਾ ਸਕਦੇ ਹੋ। ਈਜ਼ੀ ਪ੍ਰੋਸੈਸ ਹੈ। ਅਗਰ ਮੈਂ ਕਰਾਂ ਹੁਣ ਮਾਸਟਰ ਕੈਡਰ ਦੀ ਗੱਲ, ਇਹਦੇ ਉੱਪਰ ਆ ਗਏ ਆਪਾਂ, ਇੱਥੋਂ ਰਿਕਵਰ ਕੀਤਾ ਮੈਂ। ਹੁਣ ਦੇਖੋ ਇੱਥੇ ਰਜਿਸਟ੍ਰੇਸ਼ਨ ਨੰਬਰ ਤੁਹਾਡੇ ਕੋਲ ਹੋਣਾ ਚਾਹੀਦਾ ਅਤੇ ਪਾਸਵਰਡ, ਠੀਕ ਹੈ, ਹੋਏ ਨਾ ਹੋਏ ਉਹ ਤਾਂ ਚਲੋ ਬਾਅਦ ਦੀ ਗੱਲ ਹੈ, ਪਹਿਲੇ ਤੁਸੀਂ ਇੱਥੇ ਰਜਿਸਟ੍ਰੇਸ਼ਨ ਨੰਬਰ ਫਿਲ ਕਰਕੇ ਉਹਦੇ ਪਾਸਵਰਡ ਦੀ ਰਿਕਵਰੀ ਕਰਨੀ ਹੈ। ਕਾਫੀ ਕੈਂਡੀਡੇਟਸ ਕੋਲ ਰਜਿਸਟ੍ਰੇਸ਼ਨ ਨੰਬਰ ਹੈਗਾ ਲੇਕਿਨ ਪਾਸਵਰਡ ਨਹੀਂ ਹੈ, ਉਹਦੀ ਰਿਕਵਰੀ ਹੋ ਜਾਂਦੀ ਕਿਵੇਂ ਕਰਨੀ ਹੈ ਮੈਂ ਤੁਹਾਨੂੰ ਇਹਦਾ ਪ੍ਰੈਕਟੀਕਲ ਕਰਕੇ ਦੱਸ ਦਿੰਦਾ। ਰੀਸੈਂਟਲੀ ਹੀ ਮੈਂ ਇੱਕ ਕੈਂਡੀਡੇਟ ਦਾ ਰਿਕਵਰ ਕੀਤਾ, ਸਭ ਤੋਂ ਪਹਿਲੇ ਆਪਾਂ ਇਹ ਫਿਲ ਕੀਤਾ ਉਹਨਾਂ ਦਾ ਰਜਿਸਟ੍ਰੇਸ਼ਨ ਨੰਬਰ, ਉਸ ਤੋਂ ਬਾਅਦ ਤੁਸੀਂ ਇੱਥੇ ਫੋਨ ਨੰਬਰ ਫਿਲ ਕਰਨਾ ਉਹਨਾਂ ਦਾ ਅਤੇ ਸੈਂਡ ਪਾਸਵਰਡ 'ਤੇ ਕਲਿੱਕ ਕਰਨਾ। ਜਦੋਂ ਸੈਂਡ ਪਾਸਵਰਡ 'ਤੇ ਕਲਿੱਕ ਕਰੋਗੇ ਉਹਦੇ ਉੱਪਰ ਇੱਕ ਮੈਸੇਜ ਡਿਸਪਲੇ ਕਰੂਗਾ, ਯੂਅਰ ਪਾਸਵਰਡ ਹੈ ਸਕਸੈਸਫੁਲੀ ਸੈਂਡ ਔਨ ਯੂਅਰ ਮੋਬਾਈਲ ਨੰਬਰ ਔਨ ਯੂਅਰ ਸਮਾਰਟਫੋਨ, ਕਿਸ ਤਰ੍ਹਾਂ ਮੈਸੇਜ ਆਊਗਾ ਅਤੇ ਤੁਸੀਂ ਆਪਣਾ ਸਮਾਰਟਫੋਨ ਚੈੱਕ ਕਰਨਾ ਹੈ। ਜੋ ਵੀ ਤੁਹਾਡੇ ਕੋਲ ਫੋਨ ਹੈਗਾ ਉਹਦੇ ਉੱਪਰ ਤੁਹਾਨੂੰ ਇੱਕ ਟੈਕਸਟ ਮੈਸੇਜ ਰਿਸੀਵ ਹੋਊਗਾ ਜਿਹਦੇ ਵਿੱਚ ਤੁਹਾਡਾ, ਠੀਕ ਹੈ ਜੀ, ਪਾਸਵਰਡ ਹੋਊਗਾ। ਲੇਕਿਨ ਇਹ ਜਿਹੜਾ ਪਾਸਵਰਡ ਤੁਹਾਡੀ ਈਮੇਲ ID 'ਤੇ ਸੈਂਡ ਨਹੀਂ ਹੁੰਦਾ, ਇਹ ਸਿਰਫ ਤੁਹਾਡੇ ਹੁੰਦਾ ਹੈ ਸੈਂਡ ਫੋਨ ਨੰਬਰ 'ਤੇ। ਬਟ ETT ਦੀ ਗੱਲ ਕਰਾਂ, ETT ਦਾ ਤੁਹਾਡੇ ਫੋਨ ਨੰਬਰ ਪਲੱਸ ਤੁਹਾਡਾ ਜਿਹੜਾ ਈਮੇਲ ID ਹੈ ਦੋਨਾਂ 'ਤੇ ਹੀ ਸੈਂਡ ਹੁੰਦਾ। ਬਟ ਅਗਰ ਮੈਂ ਗੱਲ ਕਰਾਂ ਮਾਸਟਰ ਕੈਡਰ ਦੀ, ਇਹਦੇ ਵਿੱਚ ਸਿਰਫ ਜਿਹੜਾ ਤੁਹਾਡਾ ਪਾਸਵਰਡ ਹੈ ਸਿਰਫ ਤੁਹਾਡੇ ਮੋਬਾਈਲ ਨੰਬਰ 'ਤੇ ਸੈਂਡ ਹੁੰਦਾ ਹੈ। ਸੋ ਫਰੈਂਡਸ, ਇਹ ਸੀ ਪ੍ਰੋਸੈਸ। ਅਗਰ ਜੇਕਰ ਤੁਹਾਡੇ ਕੋਲ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਨਹੀਂ ਹੈ, ਉਹਦਾ ਹੁਣ ਸੋਲੂਸ਼ਨ ਦੇਖ ਲਓ। ਉਹਦੇ ਲਈ ਕੁਝ ਅਦਰ ਆਪਸ਼ਨਸ ਹੈ। ਉਹਦੇ ਲਈ ਤੁਸੀਂ ਕੀ ਕਰਨਾ ਹੈ ਜੀ, ਆਹ ਦੇਖ ਸਕਦੇ ਹੋ ਤੁਸੀਂ ਮਾਸਟਰ ਕੈਡਰ ETT ਲੌਗਇਨ ਡਿਟੇਲ ਦੀ ਰਿਕਵਰੀ ਹੈ। ਤੁਸੀਂ ਚਲਾਨ @punjabeducation.gov.in ਅਤੇ recruitment2@punjabeducation.gov.in 'ਤੇ ਮੇਲ ਕਰਨੀ ਹੈ। ਮੇਲ ਦੇ ਵਿੱਚ ਕੀ ਤੁਸੀਂ ਕਰਨਾ, ਸਭ ਤੋਂ ਪਹਿਲੇ ਨੇਮ ਦੇਣਾ ਕੈਂਡੀਡੇਟ ਦਾ, ਜਿੱਦਾਂ ਮੇਰਾ ਨਾਮ ਹੈ ਅਰੁਣ। ਉਸ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਨੰਬਰ ਫਿਲ ਕਰਨਾ, ਐਪਲੀਕੇਸ਼ਨ ਨੰਬਰ ਫੋਰ ਐਗਜ਼ਾਮਪਲ ਦੇ ਲਈ 2020202020 ਹੈਗਾ, ਸੋਰੀ ਐਪਲੀਕੇਸ਼ਨ ਨੰਬਰ ਉਹ ਨਹੀਂ ਆਉਣਾ, ਇੱਥੇ ਐਪਲੀਕੇਸ਼ਨ ਨੰਬਰ ਆਉਣਾ ਉਹ ਵਾਲਾ ਨੰਬਰ ਜੋ ਤੁਹਾਡੇ ਚਲਾਨ 'ਤੇ ਹੈਗਾ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਰਜਿਸਟ੍ਰੇਸ਼ਨ ਨੰਬਰ ਫੀਡ ਕਰਨਾ ਜੋ, ਠੀਕ ਹੈ ਜੀ, ਤੁਹਾਡਾ ਸੀਗਾ। ਅਗਰ ਨਹੀਂ ਹੈ ਉਹਦਾ ਸਲਿਊਸ਼ਨ ਵੀ ਸੁਣ ਲਓ। ਤੁਸੀਂ ਕੀ ਕਰਨਾ, ਆਪਣਾ ਨੇਮ ਅਤੇ ਐਪਲੀਕੇਸ਼ਨ ਨੰਬਰ, ਰਜਿਸਟ੍ਰੇਸ਼ਨ ਨੰਬਰ ਜੋ ਤੁਹਾਡੇ ਅਵੇਲੇਬਲ ਹੈਗਾ ਹੈ ਚਲਾਨ ਦੇ ਵਿੱਚ ਉਹ ਇੱਥੇ ਲਿਖ ਕੇ ਬੋਡੀ ਦੇ ਵਿੱਚ ਈਮੇਲ ਦੀ, ਪਲੱਸ ਤੁਸੀਂ ਨਾਲ ਚਲਾਨ ਦੀ ਅਟੈਚਮੈਂਟ ਕਰਕੇ ਉਹਨਾਂ ਨੂੰ ਸੈਂਡ ਕਰ ਦੇਣਾ। ਹੁਣ ਮੇਨ ਗੱਲ ਆਉਂਦੀ ਹੈ ਬੋਡੀ ਵਿੱਚ ਕੀ ਲਿਖਣਾ ਹੈ, ਬੋਡੀ ਮੀਨ ਟੂ ਸੇ ਤੁਸੀਂ ਮੈਸੇਜ ਵਿੱਚ ਕੀ ਲਿਖਣਾ ਹੈ। ਉਹਦੇ ਵਿੱਚ ਤੁਸੀਂ ਜਸਟ ਇੱਕ ਮੈਸੇਜ ਜਿਹੜਾ ਟਾਈਪ ਕਰਨਾ ਹੈ, ਉਹਦੇ ਵਿੱਚ ਤੁਸੀਂ ਲਿਖ ਦੇਣਾ ਜੋ ਵੀ ਡਿਟੇਲਸ ਵਗੈਰਾ ਹੈਗੀਆਂ ਤੁਹਾਡੀਆਂ, ਜਿਵੇਂ ਤੁਸੀਂ ਇਹਦੇ ਵਿੱਚ ਥੋੜ੍ਹਾ ਰਿਸਪੈਕਟਿਡ ਵਰਡਸ ਵਗੈਰਾ ਯੂਜ਼ ਕਰ ਲਿਓ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਤੁਸੀਂ ਮੈਸੇਜ ਲਿਖਣਾ ਉਹਦੇ ਵਿੱਚ ਤੁਸੀਂ ਪੂਰੀ ਡਿਟੇਲ ਲਿਖ ਦੇਣੀ ਕਿ ਸਰ ਆਈ ਹੈਵ ਫੋਰਗੈਟ ਜਾਂ ਜੋ ਵੀ ਤੁਹਾਡੀ ਡਿਟੇਲਸ ਹੈ। ਜਿਹੜਾ ਸਬਜੈਕਟ ਹੈ ਉਹਦੇ ਵਿੱਚ ਤੁਸੀਂ ਪਹਿਲੇ ਹੈਡਿੰਗ ਦੇਣੀ ਹੈ, ਰਿਕੁਐਸਟ ਫੋਰ ਮਾਸਟਰ ਕੈਡਰ ਔਰ ETT ਐਪਲੀਕੇਸ਼ਨ, ਠੀਕ ਹੈ ਜੀ, ਨੰਬਰ ਜਾਂ ਰਜਿਸਟ੍ਰੇਸ਼ਨ ਨੰਬਰ। ਉਸ ਤੋਂ ਬਾਅਦ ਤੁਸੀਂ ਲਿਖਦੇ ਹੋ ਡੀਅਰ ਸਰ ਆਈ ਹੈਵ ਫੋਰਗੈਟ ਮਾਈ ਸੌਸ ਔਨ, ਪੰਜਾਬੀ ਹਿੰਦੀ 'ਚ ਲਿਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ, ਉੱਥੇ ਆਪਣੇ ਪੰਜਾਬੀ ਹੀ ਕੰਮ ਕਰਦੇ ਹੁੰਦੇ ਆ। ਹੀ ਔਰ ਸ਼ੀ ਕੈਨ ਈਜ਼ਲੀ ਅੰਡਰਸਟੈਂਡ ਯੂਅਰ ਲੈਂਗੁਏਜ, ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ। ਫਿਲਹਾਲ ਫਿਰ ਵੀ ਇੰਗਲਿਸ਼ ਯੂਜ਼ ਕਰੋ, ਜ਼ਿਆਦਾ ਬੈਟਰ ਹੈ। ਤੋ ਇਹ ਸੀ ਫਰੈਂਡਸ ਪੂਰਾ ਪ੍ਰੋਸੈਸ, ਕਰਕੇ ਦੇਖੋ।
ਕੋਈ ਵੀ ਇਸ ਤੋਂ ਇਲਾਵਾ ਤੁਸੀਂ ਪ੍ਰੋਬਲਮ ਫੇਸ ਕਰਦੇ ਹੋ ਕਰੈਕਸ਼ਨ ਪੈਨਲ ਵਿੱਚ ਫਾਰਮ ਫਿਲਿੰਗ ਵਿੱਚ ਅਦਰ ਨਾਟ ਓਨਲੀ ਮਾਸਟਰ ਕੈਡਰ ETT PTET ਆਨਲਾਈਨ ਫਾਰਮ ਜਿਹੜਾ ਵੀ ਤੁਸੀਂ ਫਿਲ ਕਰਦੇ ਹੋ ਉਸਦੇ ਰਿਗਾਰਡਿੰਗ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਉਹਦਾ ਸਲਿਊਸ਼ਨ ਲੈ ਸਕਦੇ ਹੋ ਹੋਰ ਵੀ ਮੋਰ ਅਪਡੇਟਸ ਦੇ ਲਈ ਸਾਡੇ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਵੀਡੀਓਜ਼ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਇੱਦਾਂ ਦੀ ਫੋਰ ਮੋਰ ਅਪਡੇਟਸ ਵਾਸਤੇ ਸਾਡੀ ਵੀਡੀਓ ਨੂੰ ਦੇਖਦੇ ਰਹੋ ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਰ ਅਵੇਲੇਬਲ ਟਾਈਮ